ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਅਤੇ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਨ ਲੱਗੇ ਹਾਂ ਆਪਣੇ ਲੱਡੂਆਂ ਦੀ ਰਸਮ ਕਰਨ ਤੋਂ ਇੱਦਾਂ ਮੇਰੇ ਪਾਸ ਸਭ ਤੋਂ ਪਹਿਲਾਂ ਗਿੱਲ ਸਾਹਿਬ ਨੂੰ ਜੇ ਤੁਸੀਂ ਆਪਣਾ ਕੱਲ੍ਹ ਦਾ ਵਲੌਗ ਨਹੀਂ ਦੇਖਿਆ ਤਾਂ ਉਹ ਵੀ ਜਾ ਕੇ ਦੇਖਿਓ ਆਪਾਂ ਨੇ ਆਪਣੇ ਬਰਥਡੇ ਸੈਲੀਬ੍ਰੇਟ ਕੀਤਾ ਅਤੇ ਆਪਣਾ ਬਰਥਡੇ ਮਨਾ ਕੇ ਉਸ ਤੋਂ ਬਾਅਦ ਆਪਾਂ ਚੱਲੇ ਹਾਂ ਰਵਾਨਗੀ ਕੀਤੀ ਆ ਲੱਡੂ ਵੰਡਣ ਚੱਲੇ ਹਾਂ ਵੀਰ ਦੇ ਘਰੇ ਇੱਕ ਛੋਟੇ ਜਿਹੇ ਨੰਨੇ ਜਿਹੇ ਪੁੱਤਰ ਨੇ ਦਿੱਤਾ ਜਨਮ ਅਤੇ ਪਰਮਾਤਮਾ ਚੜ੍ਹਦੀ ਕਲਾ ਦੇਖੇ ਤੈਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁਰੂਆਤ ਆਪਣੇ ਘਰ ਦੀ ਬਾਕੀ ਮੈਂ ਤੁਹਾਨੂੰ ਆਪਣਾ ਜਿਹੜਾ ਪ੍ਰੋਗਰਾਮ ਜਾਣ ਦਾ ਇੱਥੋਂ ਸਾਡਾ ਜਿਹੜਾ ਜੋ ਵੀ ਟੂਰ ਹੈ ਨਾ ਉਹ ਸਾਰੇ ਸਾਰੇ ਟੂਰ ਗਿੱਲ ਸਾਹਿਬ ਦੇ ਮੋਬਾਈਲ ਦੇ ਵੀ ਪੂਰਾ ਆਪਣਾ ਪਲੈਨ ਬਣਿਆ ਹੋਇਆ ਵੀ ਕਿੱਥੇ ਕਿੱਥੇ ਆਪਾਂ ਜਾਣਾ ਕਿੱਥੋਂ ਕਿੱਥੋਂ ਸਾਡਾ ਪ੍ਰੋਗਰਾਮ ਹੈ ਕਿਹੜਾ ਕਿਹੜਾ ਸਾਡਾ ਟੂਰ ਹੈ ਲਗਭਗ ਸਾਡਾ ਪੂਰਾ ਇਟਲੀ ਨੌਰਥ ਵਾਲਾ ਪਾਸਾ ਘੁੰਮਣ ਦਾ ਸਾਡਾ ਪ੍ਰੋਗਰਾਮ ਹੈ ਉਹ ਜਿੱਥੇ ਜਿੱਥੇ ਆਪਾਂ ਜਾਵਾਂਗੇ ਜੋ ਕਰਾਂਗੇ ਤੁਹਾਡੇ ਸਾਰੇ ਦਾ ਸਾਰਾ ਵਲੌਗ ਦੇ ਵਿੱਚ ਆਪਾਂ ਸ਼ੇਅਰ ਕਰਾਂਗੇ ਤੇ ਲੱਡੂ ਮਿੱਤਰੋ ਆ ਦੇਖੋ ਆਪਾਂ ਪੇਟੀਆਂ ਲੱਡੂ ਦੀਆਂ ਤਿਆਰ ਆਪਣੀਆਂ ਦੇਖੋ ਦੋ ਪੇਟੀਆਂ ਪੂਰੇ ਨੌਰਥ ਦੇ ਲੱਡੂ ਲੱਡੂ ਕਰ ਦੇਣੇ ਆਪਾਂ ਨੇ ਆਹ ਵੀ ਲੱਡੂ ਹੀ ਲੱਡੂ ਕਰ ਦੇਣੇ ਚਲੋ ਚਲੀਏ ਚਲੀਏ ਜੀ ਹੋਰ ਬੋਲੋ ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ ਓਕੇ ਤੇ ਜਾਵਾਂਗੇ ਆਪਾਂ ਗੱਡੀ ਵੀ ਦੇਖੋ ਉਧਰ ਮਿਸਰਾਤੀ ਤੇ ਨਾਲ ਆਪਣੇ ਹੋਣ ਨੇ ਕਰਨਵੀਰ ਆਪਣੇ ਚਲੀ ਬਰਦਰ ਠੀਕ ਠਾਕ ਹੋ ਚਲੋ ਜੀ ਕੈਮ ਹੋਏ ਵਧੀਆ ਕੈਮ ਪੂਰੇ ਪਬਰ ਹੀ ਕਰਤਾ ਚਲੋ ਚਲੀ ਓਕੇ ਸਿਮਿਆ ਓਕੇ ਜੀ ਚਾਰ ਕਿਉਂ ਮਾਡੀ ਜਰਨੀ ਜੀ ਥੈਂਕ ਯੂ ਵੈਰੀ ਵੈਰੀ ਮੱਚ ਓਕੇ ਠੀਕ ਆ ਵੀਰੇ ਤੇ ਆਪਣੇ ਇੱਧਰ ਗੁਰਪ੍ਰੀਤ ਸਿੰਘ ਵੀ ਜਾਣਗੇ ਚੰਗਾ ਜੀ ਆਓ ਚਲੀ ਨਾ ਜਾਣਾ ਹੈ ਗੁਰਪ੍ਰੀਤ ਹੱਥ ਕਰ ਦੇ ਹਰਮਨ ਚੰਗਾ ਜੀ ਠੀਕ ਹੈ ਜੀ ਮਿਲਦੇ ਆਂ ਫਿਰ ਚੰਗਾ ਜੀ ਨਹੀਂ ਚਲਾਓ ਜੀ ਆਣ ਕੇ ਫਿਰ ਪਹਿਲਾਂ ਆਪਣੀ ਜ਼ਬਾਨ ਹੋਈ ਆ ਵੀ ਸ਼ੁਰੂ ਚਲਾਉਣੀ ਤੂੰ ਕਰਨੀ ਆ ਤੇ ਖਤਮ ਵੀ ਤੂੰ ਹੀ ਕਰਨੀ ਐਦਾਂ ਹਲਾਓ ਵੀ ਕਿਧਰੋਂ ਗਿੱਲ ਸਾਹਿਬ ਹਲਾਓ ਗੱਡੀ ਹਲਾਓ ਗੱਡੀ ਇਧਰੋਂ ਜਾਣ ਦੋ ਚਲੋ ਚਲੋ ਬਸ ਰਹਿ ਗਿਆ ਬਸ ਦੋ ਤਿੰਨ ਰੁਪਏ ਹੋਰ ਪੈਣੇ ਖਿੱਚ ਕੇ ਕਵਾਂ ਲੈ ਬਸ ਦੋ ਰੁਪਏ ਰਹਿ ਗਿਆ ਗਿੱਲ ਸਾਹਿਬ ਲੈ ਲਗਭਗ ਲਗਭਗ 600 ਕਿਲੋਮੀਟਰ ਹੈਗਾ ਆਪਣਾ ਸਫ਼ਰ ਜਾਣ ਦਾ ਤੇ ਆਪਾਂ ਮੰਨ ਲਈ ਰਮਾਨਗੜ੍ਹ ਚੱਲਾਂਗੇ ਗੱਡੀ ਗੁਰਪ੍ਰੀਤ ਰਮਾਨਗੜ੍ਹ ਚਲਾਊਗਾ ਸਾਢੇ ਤਿੰਨ ਹੋ ਗਿਆ ਗੱਸਾ ਕਿੱਥੇ ਪਹੁੰਚੇ ਆਪਾਂ ਪਹੁੰਚਣਾ ਮੈਨੂੰ ਡਰਾਈਵਰ ਨੂੰ ਪੁੱਛੋ ਜਿੰਨੇ ਵੀ ਆਟੋ ਗਿਲ ਉਹਨਾਂ ਦੇ ਉੱਤੇ ਤੁਹਾਨੂੰ ਜ਼ਿਆਦਾਤਰ ਬੰਦੇ ਮਿਲੇ ਜਾਂ ਕੰਮਾਂ ਕਾਰਾਂ ਵਾਲੇ ਇੱਕ ਫਰੋਲੇ ਖੜੇ ਆ ਤੇ ਜਾਂ ਫਿਰ ਇੱਧਰ ਟਰੱਕ ਦੇਖੋ ਟਰੱਕ ਵੀ ਰਾਤ ਨੂੰ ਰੁਕ ਜਾਂਦੇ ਆਗੇ ਤੇ ਇੱਥੋਂ ਚਾਹ ਚੋ ਪੀ ਕੇ ਫਿਰ ਤੁਰ ਜਾਂਦੇ ਕੋਈ ਲੈਣ ਦੇ ਸਾਰੇ ਟਰੱਕੇ ਖੜੇ ਆ ਦੇ ਵਿੱਚ ਆ ਵੀ ਤਾਂ ਟਰੱਕੇ ਖੜੇ ਆ ਤੇ ਉਹ ਦੂਰ ਤਾਂ ਦੇਖੋ ਨਿਗਾਹ ਮਾਰ ਕੇ ਤੇ ਬਾਕੀ ਜਿਹੜੀਆਂ ਪ੍ਰਾਈਵੇਟ ਗੱਡੀਆਂ ਉਹ ਦਿਨ ਦੇ ਵਿੱਚ ਆਉਣ ਲੱਗਣੀਆਂ ਇੱਥੇ ਇੱਧਰ ਗਿੱਲ ਸਾਹਿਬ ਆਪਣੇ ਸਿਵੇ ਸਿਵੇ ਤਿਆਰ ਹੋ ਰਹੇ ਕਹਿੰਦੇ ਵੀ ਚਲੋ ਨਹਾਉਣ ਦਾ ਸਬਬ ਬਣਨ ਜਾਂ ਆਪਣਾ ਵੀ ਚਲੋ ਪਰਫਿਊਮ ਵੀ ਪਰਫਿਊਮ ਫਰਮਾ ਲਾ ਲਈਏ ਦੇਖੋ ਤੁਹਾਨੂੰ ਰਹਿਣਾ ਤੁਸੀਂ ਲਾ ਲਾ ਇਹਦੇ ਮਾਸਾ ਮੇਰੀ ਤਾਂ ਮਾੜਾ ਜਿਹਾ ਇੱਥੇ ਰਹਿ ਕੇ ਮਿੱਤਰ ਆਪਣੇ ਕੋਲ
ਗੱਡੀ ਜਾ ਕੇ ਰੋਕਣੀ ਸਿੱਧੀ ਜਾ ਕੇ ਘੰਟੇ ਬਾਅਦ ਆਹੋ ਇੱਕ ਘੰਟੇ ਤਿੰਨ ਚਾਰ ਹੀ ਰੋਕਤੀ ਗੁਰਪ੍ਰੀਤ ਕੀ ਚੱਕਰ ਥੱਕ ਗਏ ਨਾ ਗੱਡੀ ਚਲਾਉਣ ਦੀ ਜਵਾਬਦਾਰੀ ਮਿੱਤਰ ਹੁਣ ਆਪਣੇ ਕੋਲ ਆ ਗਈ ਆ ਸਭ ਨੇ ਵਾਰੀ ਵਾਰੀ ਗੱਡੀ ਚਲਾ ਲਈ ਆਪਣੇ ਸਿਵੇ ਵਿੱਕੀ ਤੋਂ ਹਲੇ ਵੀ ਮੰਨਿਆ ਗੱਡੀ ਚਲਾਉਣੀ ਆ ਨਹੀਂ ਮੈਂ ਸਾਰਾ ਦਿਨ ਮੇਰੀ ਜ਼ਿੰਮੇਵਾਰੀ ਇਹ ਹੈ ਵੀ ਦਿਨੇ ਜਦੋਂ ਵੀ ਆਪਾਂ ਜਿੱਥੇ ਜਿੱਥੇ ਜਾਣਾ ਮੇਰੀ ਜ਼ਿੰਮੇਵਾਰੀ ਗੱਡੀ ਦੀ ਦਿਨ 'ਚ ਕਹਿੰਦਾ ਇਹ ਸਾਰੀ ਜਵਾਬਦਾਰੀ ਇਹਦੀ ਆ ਵੀ ਤੁਸੀਂ ਆਪਣਾ ਜੋ ਕਰਨਾ ਆਪਣਾ ਲੱਡੂ ਵੰਡੇ ਹੋ ਤੇ ਹੁਣ ਆਪਾਂ ਜਿਹੜਾ ਘੰਟਾ ਸਵਾ ਘੰਟਾ ਸਫ਼ਰ ਆ ਉਹ ਗੱਡੀ ਆਪਾਂ ਕੱਢਾਂਗੇ ਓਕੇ ਸਹੀ ਗੱਲ ਹੈ ਲੋ ਜੀ ਪਾਦੋ ਬੈਗ ਦਾ ਗਿਰੇ ਦਾ ਤੇ ਹੁਣ ਆਪਾਂ ਮੇਰੇ ਤੋਂ ਇੱਕ ਹੋਰ ਗੱਡੀ ਤੇਲੀ ਪਵਾ ਲਈ ਦੇਖੋ ਗੱਡੀ ਦੀ ਟੈਂਕੀ ਫੁੱਲ ਕਰਾ ਕੇ ਤੁਰੇ ਸੀ ਆਪਾਂ ਤੇ ਹੁਣ ਇਹ ਦੱਸਦੀ ਆ ਵੀ ਇਹਨੇ 82 ਕਿਲੋਮੀਟਰ ਹੋ ਚੱਲਣਾ ਮਤਲਬ ਵੀ ਟੈਂਕ ਪੂਰਾ ਖਾ ਗਈ ਤੇਲ ਦਾ ਕਿੰਨੇ ਕਿਲੋਮੀਟਰ ਚੱਲ ਗਈ 450 ਕਿਲੋਮੀਟਰ ਚੱਲੀ ਹੋਣੀ 500 ਕਿਲੋਮੀਟਰ ਚੱਲੀ ਹਾਂ 500 ਕਿਲੋਮੀਟਰ ਚੱਲ ਗਈ 500 ਕਿਲੋਮੀਟਰ ਗੱਡੀ ਟੈਂਕੀ ਨੂੰ ਫੂਕ ਮਾਰੀ ਗੱਡੀ ਪਰ ਆਈ ਵੀ ਐਨ ਸੱਪ ਵਾਂਗ ਮੇਲ ਦੀ ਆਈ ਆ ਜਿਹਨੇ ਗੁਰਪ੍ਰੀਤ ਨੇ ਪਿਛਲੇ ਮਗਰ ਆਈ ਆ ਨਾ ਇਹ ਉਨੀ ਸਹੀ ਗੱਲ ਹੈ ਗੁਰਪ੍ਰੀਤ ਨੇ ਗੱਡੀ ਦੀ ਫੋਨ ਬਣਾਈ ਆ ਜਿਹੜਾ ਤੜਕੇ ਦਾ ਸਮਾਂ ਹੁੰਦਾ ਨਾ ਮਿੱਤਰੋ ਉਹ ਆਟੋ ਦੇ ਉੱਪਰ ਟਰੱਕਾਂ ਦਾ ਰਾਜ ਹੁੰਦਾ ਦੇਖੋ ਰਾਤ ਨੂੰ ਟਰੱਕ ਕਰਦੇ ਰੈਸਟ ਤੇ ਸਵੇਰ ਟਾਈਮ ਦਿਨ ਚੜ੍ਹਦੇ ਨੇ 2-3 ਘੰਟੇ ਸਫ਼ਰ ਹੁੰਦਾ ਇਹਨਾਂ ਦਾ ਇਹ ਫਿਰ ਟਰੱਕ ਦੇਖੋ ਲੈ ਜਾਂਦੇ ਟਰੱਕੇ ਟਰੱਕ ਸਾਰੇ ਮਿਲ ਰਹੇ ਆ ਕੋਈ ਪ੍ਰਾਈਵੇਟ ਗੱਡੀ ਕੋਈ ਕੋਈ ਟੈਬਿਟਲ ਹੀ ਮਿਲਦੇ ਨੇ ਇੱਧਰ ਵੀ ਜਾਣ ਲੱਗੀ ਸਾਰੇ ਟਰੱਕੇ ਮਿਲਦੇ ਆ ਤੇ ਉੱਧਰ ਆਉਣ ਲੱਗੇ ਸਾਰੇ ਟਰੱਕੇ ਮਿਲਦੇ ਆ ਇੱਧਰ ਮੇਰਾ ਪਹਿਲਾਂ ਉਹ ਤੇਰੀ ਗੁਰਵਾਈ ਸਿੰਘ ਬਾਈ ਕਰ ਲਓ ਕਿ ਹਾਏ ਕਿ ਮੈਂ ਆ ਗਿਆ ਮਾਮੂ ਦੇ ਕੋਲ ਪਹਿਲਾ ਜਨਮ ਦਿਨ ਆ ਜਿਹੜਾ ਮੇਰਾ ਭਰਾ ਮੇਰੇ ਕੋਲ ਆ ਕੇ ਬਾਕੀ ਗੁਰਪ੍ਰੀਤ ਦਾ ਵੀ ਇੱਕ ਪ੍ਰੋਗਰਾਮ ਹੈਗਾ ਤੂੰ ਵੀ ਕੱਢ ਵੀ ਲਵੀ ਸਵੇਰ ਸਵੇਰ ਦੇਖੋ ਇੱਧਰ ਮਿੱਤਰੋ ਸਾਡੇ ਆਉਣ ਦੀ ਖੁਸ਼ੀ ਦੇ ਵਿੱਚ ਮਾਸੀ ਔਰ ਕਲਵੀ ਲੱਗੇ ਹੋਏ ਕਹਿੰਦੇ ਪਕੌੜੇ ਕੱਢ ਰਹੇ ਹਾਂ ਤੇਲ ਚੱਲਦੇ ਪਕੌੜੇ ਗੋਭੀ ਵਾਲੇ ਪਕੌੜੇ ਨਾ ਮਾਸੀ ਮਾਸੀ ਦੀ ਪਾਉਂਦੀ ਚਾਹ ਨੂੰ ਵਾਲੀਆਂ ਵਿੱਚ ਲੈਚੀ ਆ ਮਾਸੀ ਕਿਆ ਕਰੂ ਬਾਈ ਚਾਹ ਲੌਂਗ ਲੈਚੀ ਆ ਹੋਰ ਕੀ ਪਤਾ ਪਿੱਛੇ ਦੇ ਬਸ ਮਿੱਠਾ ਪੱਤੀ ਦੁੱਧ ਸਹੀ ਗੱਲ ਹੈ ਜਿਹੜੀ ਘਰ ਦੀ ਚਾਹ ਦਾ ਸਵਾਦ ਆ ਬਾਹਰ ਦੀ ਚਾਹ ਦਾ ਨੀ ਹੁੰਦਾ ਜਿਹੜੀ ਬਾਹਰ ਦੀ ਚਾਹ ਚ ਇੰਨੀ ਕੇ ਹੋਵੇ ਪਰ ਰਗਾਂ ਨੂੰ ਚੀਰਦੀ ਜਾਂਦੀ ਆ ਉਹ ਕਾਫੀ ਹੁੰਦੀ ਆ ਨਾ ਪੜ ਦਿੰਦੀ ਦੱਬ ਕੇ
ਤੇ ਆਪਾਂ ਮਿੱਤਰੋ ਹੁਣ ਲੈਣ ਵਾਸਤੇ ਆਏ ਦਿਲਜੋਤ ਵੀਰ ਨੂੰ ਸਕੂਲ ਤੋਂ। ਸਤਿ ਸ਼੍ਰੀ ਅਕਾਲ ਜੀ ਸਾਰੇ, ਮਿਲੋ ਕਿੱਡਾ ਬੜਾ ਹੋ ਗਿਆ ਹੈ, ਜਵਾਨ ਹੋ ਗਿਆ ਮੁੰਡਾ। ਇਹ ਇਕੱਲੇ ਸਕੂਲ ਗਿਆ ਵਾ, ਛੋਟੂ ਤਾਂ ਗਿਆ ਨਹੀਂ ਸਕੂਲ, ਇੱਧਰ ਪੁੱਤ ਨੇੜੇ ਆ ਜਾ ਬਸ ਆ ਗਈ। ਹੋਰ ਫਿਰ ਕਿਵੇਂ ਆ? ਬਸ ਹੋ ਜੀ ਠੀਕ ਠਾਕ। ਟਾਈਮ ਛੁੱਟੀ ਦਵਾਈ ਮੰਮਾ ਤੇਰੇ ਮਜੇ? ਹਾਂਜੀ, ਮੈਂ ਕਿਹਾ ਅੱਜ ਮਾਮੂ ਨੇ ਉਹਨਾਂ ਮਿਲ ਲੈਂਦੇ ਆ। ਤੂੰ ਵੀ ਬੜਾ ਹੋ ਗਿਆ ਕਿਨਾਂ, ਤਾਂ ਜਿਵੇਂ ਮੇਰੇ ਜਿਹਾ ਹੋ ਗਿਆ ਹੈ। ਸਹੀ ਗੱਲ ਆ, ਹੈ ਨਾ? ਚਲੀਏ ਫਿਰ, ਚਲਾਉਣੀ ਗੱਡੀ ਚਲਾਉਣੀ ਆ, ਚੱਲ ਬੈਠ, ਚਲੀਏ ਚਲੋ ਚਲੀਏ। ਆ ਦੇਖਾ ਇਹ ਨਹੀਂ ਨਿਕਲਦਾ ਬਾਹਰ, ਇਹ ਵੀ ਨਹੀਂ ਹੈ। ਚਲੋ ਫਿਰ ਤੁਹਾਡੇ ਨਾਲ ਚੱਲਦੀ। ਚੱਲ ਠੀਕ ਹੈ, ਮਿਲਦੇ ਆ। ਠੀਕ ਹੈ, ਚੰਗਾ ਪੁੱਤ। ਭੈਣ ਦੇ ਘਰ ਤੋਂ ਬਾਅਦ ਮਿੱਤਰ ਹੁਣ ਆਪਾਂ ਪਹੁੰਚੇ ਆ ਆਪਣੇ ਮਿੱਤਰ ਲਖਵਿੰਦਰ ਸਿੰਘ ਰੂਪੀ ਦੇ ਘਰਾਂ ਮਿਲਣ ਵਾਸਤੇ। ਉਹਨੂੰ ਉਹ ਵੀ ਆਪਣਾ ਬਹੁਤ ਬੇਸਬਰੀ ਦੇ ਨਾਲ ਸਵੇਰ ਦਾ ਵੇਟ ਕਰਦਾ, ਇੰਤਜ਼ਾਰ ਕਰਦਾ। ਤੇ ਇੱਧਰ ਮਿਲੋ ਮਹਾਰਾਜ ਜੀ, ਕਿਹਦਾ ਠੀਕ ਠਾਕ ਚੜ੍ਹਦੀ ਗੱਲ? ਵਧੀਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਮੇਰੋ ਮਿੱਤਰੋ ਲਖਵਿੰਦਰ ਸਿੰਘ ਪਹੁੰਚ ਜਾਂਦੇ, ਤੁਹਾਨੂੰ ਬਹੁਤ ਉਮਰ ਕਹਿ ਰਹੀ, ਬਹੁਤ ਮੇਰੇ ਜੀ ਮਨ ਚੜ੍ਹਦੀ ਗੱਲ ਜੀ। ਸਾਰਾ ਕੁਝ ਨਾਲ ਹੀ ਫਿਰਿਆ ਸੀ। ਥੈਂਕ ਯੂ ਜੀ, ਬਹੁਤ ਬਹੁਤ ਲੋ ਜੀ। ਲੱਡੂ ਡੱਬਾ ਵੀ ਲੈ ਲਓ ਇਧਰੋਂ। ਮਾਂ ਤੇ ਚੁੱਪ ਹੋ ਪਹਿਲਾਂ। ਠੀਕ ਹੈ ਜੀ, ਆਓ ਜੀ, ਆਓ ਚਲੋ ਜੀ।
ਲੈ ਜਾਣਾ ਪੁੱਤਰੀ ਫਿਰ ਲੈ ਜਾਣਾ ਜਾਣਾ ਚਾਚੂ ਕੋ ਜਾਣਾ ਚਾਚੂ ਕੋ ਜਾਣਾ ਏਦਾਂ ਕਰ ਬਿਸ਼ਾਰ ਨੂੰ ਬਾਈ ਕਰ ਦੇ ਕਹਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਥੈਂਕ ਯੂ ਤੁਸੀਂ ਆਏ ਆਪਣੇ ਹੈਪੀ ਬਰਥਡੇ ਦਿਨ ਸਾਡੇ ਕੋਲ ਸਪੈਸ਼ਲ ਬਣਾਇਆ ਸਾਡਾ ਦਿਨ ਹੈ ਥੈਂਕ ਯੂ ਚਾਚੂ ਓਹ ਗੁੱਸਾ ਦਾ ਗੁੱਸਾ ਕਰੀ ਲੈ ਕੇ ਲੈ पुत्री ठीक है ਇਧਰ ਮੇਲੇ ਮੁੰਡੇ ਛੋੜੇ ਨੇ ਇਹ ਬਹੁਤ ਸੇਵਾ ਕੀਤੀ ਬਹੁਤ ਸੇਵਾ ਕੀਤੀ ਖਾਲੀ ਦੇਖੋ ਬੇਟਾ ਤੇ ਕੀ ਖੜਾ ਦੇਖੋ ਇਧਰ ਆਈ ਠੀਕ ਹੈ ਰਖ ਮੁੰਡਾ ਜਰਾ ਆਏਗਾ ਨਾ ਨਾਲ ਲੈ ਕੇ ਮੁੰਡੇ ਜਰੂਰ 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 ਹਾਂ ਓਕੇ ਨੈਕਸਟ ਵੀਕ ਅਸੀਂ ਆ ਰਹੇ ਹਾਂ ਠੀਕ ਹੈ ਨਾ ਇਹਦੀ ਕਮੈਂਟਮੈਂਟ ਲੈ ਲਓ ਬਾਪਾ ਕੇ ਸੈਨ ਕਰਕੇ ਦੇ ਦੋ ਬਸ ਵੀ ਆ ਰਹੇ ਹਾਂ ਠੀਕ ਹੈ ਠੀਕ ਹੈ ਓਕੇ ਮਸਤੀ ਸਤਿ ਸ਼੍ਰੀ ਅਕਾਲ ਫਿਰ ਮਿਲਦੇ ਆ ਜੀ ਬਹੁਤ ਜਲਦੀ ਠੀਕ ਹੈ ਤੁਸੀਂ ਵੀ ਆਇਓ ਟਾਈਮ ਕੱਢ ਕੇ ਚੰਗਾ ਪੱਤਰ ਓਕੇ ਜੀ ਆ ਵੇਖ ਨਾ ਦੇਵ ਆਈ ਠੀਕ ਹੈ दोस्त मित्र अपने होर ने शहर ਤੇ ਉਹਨਾਂ ਦੇ ਘਰਵਾਰ ਦਾ ਜਿਹੜੀ ਸਾਰੀ ਜਾਣਕਾਰੀ ਹੈ ਲਖਵਿੰਦਰ ਨੂੰ ਹੈ ਤੇ ਆਪਾਂ ਹੁਣ ਇਹਨਾਂ ਨਾਲ ਲੈ ਕੇ ਚੱਲਦੇ ਹਾਂ ਲੱਡੂ ਵੰਡ ਕੇ ਉਸ ਤੋਂ ਬਾਅਦ ਫਿਰ ਆਪਾਂ ਜਾ ਕੇ ਦੇਖਦੇ ਆਪਣਾ ਅਗਲਾ ਕੀ ਪ੍ਰੋਗਰਾਮ ਹੈ ਇਹ ਬਾਕੀ ਆਪਾਂ ਇਹਨਾਂ ਨੂੰ ਕਿਡਨੈਪ ਕਰ ਲੈਣਾ ਜਿੰਨਾ ਚਿਰ ਆਪਣੇ ਲੱਡੂ ਵਾਲਾ ਕੰਮ ਹੈ ਸਾਰਾ ਇਹ ਪੂਰੇ ਏਰੀਏ 'ਚ ਆਪਾਂ ਘੁੰਮ ਨਹੀਂ ਜਾਂਦੇ ਉਹਨਾਂ ਚਿਰ ਇਹਨਾਂ ਨੂੰ ਤਾਰ ਨਹੀਂ ਸਕਦੇ ਆਪਾਂ ਅਸੀਂ ਸੌਂ ਖਾ ਬੈਠੇ ਠੀਕ ਹੈ ਟੈਂਡੀ ਬ੍ਰੋ ਕੀ ਹਾਲ ਚਾਲ ਨੇ ਬਹੁਤ ਵਧੀਆ ਭਾਈ ਠੀਕ ਹੈ ਚੜ੍ਹਦੀ ਗੱਲ ਹਾਂਜੀ ਹਾਂਜੀ रोम जो आए जरूर मिल के आओ जल्दी ਲਖਵਿੰਦਰ ਦਾ ਟਾਈਮ ਲਾ ਲਓ ਠੀਕ ਹੈ ਠੀਕ ਹੈ ਹੁਣ ਤੁਹਾਨੂੰ ਪਤਾ ਲੱਗ ਗਿਆ ਨਹੀਂ ਠੀਕ ਹੁਣ ਅਸੀਂ ਚੱਲਾਂਗੇ ਹੁਣ ਤੁਹਾਡੀ ਵਾਰੀ ਆ ਤੁਸੀਂ ਜਦੋਂ ਵੀ ਤੁਹਾਡਾ ਜੀ ਕਰੇ ਅਸੀਂ ਛੁੱਟੀ ਕਰਨ ਤੇ ਆ ਰਹੇ ਹਾਂ ਤੁਸੀਂ ਛੁੱਟੀ ਕਰਕੇ ਆ ਜਾਓ ਇਹ ਤਾਂ ਆਏ ਲੈ ਬਸ ਸੱਚੀ ਗੱਲ ਓਕੇ ਲਖਵਿੰਦਰ ਚੰਗਾ ਜੀ ਓਕੇ ਮਾਲ ਓਕੇ ਵੀ ਓਕੇ ਚੰਗਾ ਜੀ ਚੰਗਾ ਹਾਂ ਗਿਲਾ ਕਰਨੀ ਹੈ ਬਾਕੀ ਮੈਂ ਤੁਹਾਨੂੰ ਆਪਾਂ ਚੱਲਦੇ ਆ ਸਿੱਧਾ ਆਪਣੇ ਅਗਲੇ ਟੂਰ ਵੱਲ ਨੂੰ ਤੇ ਆਪਣਾ ਵਲੌਗ ਟੂ ਬੀ ਕੰਟੀਨਿਊ।